ज्यों ज्यों 2022 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਹੁਣ ਜਾ ਰਹੀਆਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਪੰਜਾਬ ਦੀ ਸਿਆਸਤ ਦਿਨੋ ਦਿਨ ਗਰਮਾਉਂਦੀ ਜਾ ਰਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਜਨਤਾ ਸਾਹਮਣੇ ਨੰਗਾ ਕਰਨ ਦੇ ਨਾਲ ਨਾਲ ਜਿਨ੍ਹਾਂ ਨਸ਼ਿਆਂ ਨੂੰ 4 ਹਫ਼ਤਿਆਂ ਵਿੱਚ ਕਾਬੂ ਕਰਨ ਦੇ ਵਾਅਦੇ ਕਰਕੇ ਕੈਪਟਨ ਸਰਕਾਰ ਹੋਂਦ ਵਿੱਚ ਆਈ ਸੀ ਹੁਣ ਉਹਨਾਂ ਹੀ ਸਵਾਲਾਂ ਦੇ ਉੱਤੇ ਕੈਪਟਨ ਅਤੇ ਉਸ ਦੇ ਸਾਥੀ ਨੂੰ ਜਵਾਬ ਦੇਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਨਸ਼ਿਆਂ ਦੇ ਮਾਮਲੇ ਵਿੱਚ ਪੁਲਿਸ ਕਾਰਵਾਈ ਉੱਤੇ ਸਵਾਲ ਚੁੱਕਣ ਵਾਲੇ ਰਾਣਾ ਗੁਰਜੀਤ ਸਿੰਘ ਦੇ ਬਿਆਨ ਤੋਂ ਬਾਅਦ ਹਲਕਾ ਇੰਚਾਰਜ ਐਡਵੋਕੇਟ ਪਰਮਜੀਤ ਸਿੰਘ ਜੋ ਸ਼੍ਰੋਮਣੀ ਅਕਾਲੀ ਦਲ ਦੇ ਨੇ ਅਤੇ ਇਸ ਦੇ ਨਾਲ ਨਾਲ ਵਿਧਾਇਕ ਨਵਤੇਜ ਸਿੰਘ ਚੀਮਾ ਜੋ ਕਿ ਸੁਲਤਾਨ ਭੱਲੋਦੀ ਤੋਂ ਕਾਂਗਰਸ ਦੇ ਵਿਧਾਇਕ ਨੇ ਉਹਨਾਂ ਨੇ ਇਸ ਬਾਰੇ ਆਪਣੀਆਂ ਟਿੱਪਣੀਆਂ ਕੀਤੀਆਂ ਨੇ ਬਿਆਨ ਦਿੱਤੇ ਨੇ ਆਓ ਦੇਖਦੇ ਹਾਂ ਪਹਿਲਾਂ ਦੇਖਦੇ ਹਾਂ ਰਾਣਾ ਗੁਰਜੀਤ ਸਿੰਘ ਨੇ ਕੀ ਕਿਹਾ ਅਤੇ ਕੀ ਹੈ ਇਹਦੇ ਜਵਾਬ ਵਿੱਚ ਇਹਨਾਂ ਦੋ ਜਿਹੜੇ ਲੀਡਰ ਨੇ ਧੜੱਲੇਦਾਰ ਇਸ ਇਲਾਕੇ ਦੇ ਉਹਨਾਂ ਦਾ ਕੀ ਕਹਿਣਾ ਆਓ ਦੇਖਦੇ ਹਾਂ ਕਪੂਰਥਲਾ ਤੋਂ ਪੱਤਰਕਾਰ ਕੇ ਐੱਸ ਕੌੜਾ ਦੀ ਵਿਸ਼ੇਸ਼ ਰਿਪੋਰਟ ਦੋ ASI ਆ ਇੱਕ ਦਾ ਨਾਂ ਕੁਲਦੀਪ ਸਿੰਘ ਆ ਦੂਜਾ ਭੁਪਿੰਦਰ ਸਿੰਘ ਇਹਨਾਂ ਦੇ ਉੱਤੇ ਸਿੱਧੇ ਸਿੱਧੇ ਉਹਨੇ ਆਰੋਪ ਲਾਏ ਆ ਔਰ ਮੈਂ ਕਹਿੰਦਾ ਕਿ ਵੀ ਐਜ਼ MLA ਮੈਨੂੰ ਸ਼ਰਮ ਆ ਰਹੀ ਆ ਕਿ ਮੇਰੇ ਹਲਕੇ 'ਚ ਡਰੱਗ ਵਿਕੇ SSP ਨੂੰ ਕਹਿਣ ਦੇ ਬਾਅਦ ਵੀ ਕੋਈ ਐਕਸ਼ਨ ਨਾ ਹੋਵੇ ਇਹਦੋਂ ਮਾੜਾ ਕੰਮ ਨਹੀਂ ਹੋ ਸਕਦਾ ਔਰ ਸਾਡੀ ਸਰਕਾਰ ਵਚਨਬੱਧ ਆ ਕਿ ਅਸੀਂ ਨਸ਼ਾ ਮੁਕਤ ਕਰਨਾ ਲੇਕਿਨ ਸਰਕਾਰ ਇਕੱਲੀ ਕੀ ਕਰੂ ਜਦ ਤੱਕ ਪੁਲਿਸ ਸਾਥ ਨਹੀਂ ਦਿੰਦੀ ਇਹ ਗੱਲ ਮੰਨਣੀ ਪਊਗੀ ਕਿ ਜਿੰਨਾ ਕੰਮ ਸਾਢੇ 4 ਸਾਲ ਦੇ ਵਿੱਚ ਚਾਹੇ ਪਿੰਡ ਬੂਟਾਂ ਦੀ ਗੱਲ ਕਰ ਲਈਏ ਜੇ ਮੈਂ ਉਸ ਡਿਟੇਲ ਵਿੱਚ ਜਾਵਾਂ ਅਸੀਂ SSP ਸਾਹਿਬ ਨੂੰ ਇਹਦੇ ਬਾਰੇ ਲਿਖ ਕੇ ਵੀ ਦਿੱਤਾ ਪਹਿਲਾਂ ਕਿ ਆਹ ਬੰਦੇ ਆ ਜਿਨ੍ਹਾਂ ਦੇ ਜਿਹੜਾ ਇਸ MLA ਸਾਹਿਬ ਦੀ ਸਰਪ੍ਰਸਤੀ ਦੇ ਹੇਠ ਮੈਂ ਸਮਝਣਾ ਕਿ ਉਹ ਸਾਰਾ ਕੰਮ ਕਰ ਰਹੇ ਨੇ ਪਰ ਉਹਨਾਂ 'ਤੇ ਉਸ ਸਮੇਂ ਦੇ SSP ਜਿਹੜੇ ਸੀ ਇੱਥੇ ਸਰਦਾਰ ਸਤਿੰਦਰ ਸਿੰਘ ਹੋਣਾ ਉਹਨਾਂ ਵੱਲੋਂ ਕੋਈ ਖਾਸ ਕਾਰਵਾਈ ਨਹੀਂ ਕੀਤੀ ਗਈ ਹੁਣ ਵੀ ਅਸੀਂ ਜਿੱਦਣ ਇਹ SSP ਸਾਹਿਬਾਂ ਆਏ ਆ ਅਸੀਂ ਇਹਨਾਂ ਨੂੰ ਮਿਲ ਕੇ ਅਕਾਲੀ ਦਲ ਦਾ ਡੈਪੂਟੇਸ਼ਨ ਗਿਆ ਸੀ ਇਹਨਾਂ ਨੂੰ ਰਿਕੁਐਸਟ ਕੀਤੀ ਆ ਕਿ ਅਸੀਂ ਤੁਹਾਨੂੰ ਆਪਦਾਨ ਦੱਸਦੇ ਹਾਂ ਅਸੀਂ ਤੁਹਾਡੇ ਨਾਲ ਵੀ ਜਾਣ ਨੂੰ ਤਿਆਰ ਹਾਂ ਕਿਉਂਕਿ ਘਰਾਂ ਦੇ ਘਰ ਬਰਬਾਦ ਹੋ ਰਹੇ ਨੇ ਅਤੇ ਤੁਸੀਂ ਕਾਰਵਾਈ ਕਰੋ ਲੇਕਿਨ ਪਤਾ ਨਹੀਂ ਪੁਲਿਸ ਦੀਆਂ ਕੀ ਮਜਬੂਰੀਆਂ ਅਤੇ ਮੈਂ ਸਿਰਫ ਨਾ ਮਜਬੂਰੀ ਸਭ ਤੋਂ ਵੱਡੀ ਇਹੀ ਹੈ ਵੀ ਰਾਣਾ ਸਾਹਿਬ MLA ਸਾਹਿਬ ਆ ਅਤੇ MLA ਸਾਹਿਬ ਕਹਿ ਰਹੇ ਨੇ ਮੇਰੀ SSP ਸਾਹਿਬ ਮੰਨ ਨਹੀਂ ਰਹੇ ਅਤੇ ਮੈਨੂੰ ਤਾਂ ਇਹ ਗੱਲ ਸਮਝ ਨਹੀਂ ਆ ਰਹੀ ਅਤੇ ਮੈਂ ਇਸ ਕਰਕੇ SSP ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਤੁਸੀਂ IPS ਅਫਸਰ ਹੋ ਤੁਸੀਂ DGP ਤੱਕ ਪਹੁੰਚਣਾ ਵਾ ਤੁਹਾਡਾ ਬਹੁਤ ਵੱਡਾ ਮੁਕਾਮ ਹੈ ਤੁਹਾਡਾ ਬਹੁਤ ਵੱਡਾ ਰੁਤਬਾ ਹੈ ਤੁਸੀਂ ਸਾਰਿਆਂ ਲੋਕਾਂ ਨੂੰ ਜਸਟਿਸ ਜਿਹੜਾ ਦੇਣਾ ਤੁਹਾਡੀ ਪਹਿਲ ਹੈ ਅਤੇ ਲੇਕਿਨ ਅੱਜ MLA ਸਾਹਿਬ ਨੇ ਤਾਂ ਤੁਹਾਨੂੰ ਹੁਣ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ ਮੈਡਮ ਕਿ ਤੁਸੀਂ ਜਿਹੜਾ ਮੇਰੀ ਮੰਨ ਹੀ ਰਹੇ ਅਤੇ ਇਸ ਕਰਕੇ ਜਿਹੜੀ ਤੁਹਾਡੇ ਕੋਲ ਜਿਹੜੇ ਬੰਦੇ ਹੈਗੇ ਇਹਨਾਂ ਵਾਲੇ ਜਿੰਨੇ ਵੀ ਬੰਦੇ ਕੰਮ ਕਰ ਰਹੇ ਨੇ ਮੈਂ ਨਹੀਂ ਕਹਿੰਦਾ ਕਿਸੇ ਪਾਰਟੀ ਨਾਲ ਸੰਬੰਧਿਤ ਹੋਣ ਸਾਰਿਆਂ ਨੂੰ ਚੱਕ ਕੇ ਤੁਸੀਂ ਹੁਣ ਬਿਲਕੁਲ ਅੰਦਰ ਦੇ ਸਕਦੇ ਹਾਂ ਕਿਉਂਕਿ ਰਾਣਾ ਸਾਹਿਬ ਹੁਣ ਤੁਹਾਨੂੰ ਕੁਛ ਨਹੀਂ ਕਹਿ ਸਕਦੇ ਡਿਪਟੀ ਸਾਹਿਬ ਸਬ ਡਿਵੀਜ਼ਨ ਨੂੰ ਮੈਂ ਬੇਨਤੀ ਕਰਨੀ ਚਾਹਾਂਗਾ ਕਿ ਡਿਪਟੀ ਸਾਹਿਬ ਤੁਹਾਨੂੰ ਵੀ ਹੁਣ ਨਹੀਂ ਕੁਛ ਕਹਿਣ ਲੱਗੇ ਰਾਣਾ ਸਾਹਿਬ ਹੁਣ ਜਿਹੜੇ ਬੰਦੇ ਆ ਜਿਹੜੇ ਤੁਹਾਡੇ ਨਾਲ ਬੈਠ ਕੇ ਆਣ ਕੇ ਚਾਹਵਾਂ ਪਿੰਡੇ ਲੋਕਾਂ ਦੇ ਫੈਸਲੇ ਕਰਾਉਣ ਜਾਂਦੇ ਆ ਤਸਕਰ ਜਿਹੜੇ ਹੈਗੇ ਆ ਉਹਨਾਂ ਨੂੰ ਫੜ ਕੇ ਅੰਦਰ ਦਵੋ ਅਸੀਂ ਤੁਹਾਡੇ ਨਾਲ ਇਹ ਤਾਂ ਤੁਹਾਨੂੰ ਪੂਰਾ ਹੀ ਪਤਾ ਕਿ ਪੂਰੇ ਪੰਜਾਬ ਦੇ ਵਿੱਚ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਖੜੇ ਹੋ ਗਏ ਆ ਉਹਨਾਂ ਨੇ ਕਹਿ ਦਿੱਤਾ ਜੀ ਮੈਂ ਤਲਵੰਡੀ ਸਾਬੋ ਦੇ ਵਿੱਚ ਇਹ ਥੋੜ੍ਹੀ ਕਿਹਾ ਸੀ ਮੈਂ ਨਸ਼ਾ ਖਤਮ ਕਰ ਦੂੰਗਾ ਮੈਂ ਤਾਂ ਕਹਿੰਦੇ ਇਹ ਕਿਹਾ ਸੀਗਾ ਵੀ ਨਸ਼ੇ ਦਾ ਲੱਕ ਤੋੜ ਦੂੰਗਾ ਆਹ ਲੱਕ ਟੁੱਟਾ ਤੁਹਾਡੇ ਸਾਹਮਣੇ ਦੇਖ ਲਓ ਕਿੰਨੇ ਮਾਵਾਂ ਦੇ ਪੁੱਤ ਜਿਹੜੇ ਨੇ ਮਰ ਰਹੇ ਨੇ ਆਹ ਕੀ ਗੱਲ ਆ ਇੱਕ ਇਹਨਾਂ ਨੇ ਰਾਣਾ ਸਾਹਿਬ ਨੇ ਹੋਰ ਗੱਲ ਕਹੀ ਆ ਕਿ ਮੰਗੀ ਨਾਂ ਦਾ ਬੰਦਾ ਮਹਤਾਬਗੜ੍ਹ ਤੋਂ ਉੱਚੇ ਧੋੜੇ ਤੋਂ ਮੇਰੇ ਕੋਲ ਆਇਆ ਅਤੇ ਉਹਨੇ ਮੈਨੂੰ ਆਣ ਕੇ ਇਹ ਗੱਲ ਕਹੀ ਆ ਕਿ ਮੇਰਾ ਲੜਕਾ ਨਸ਼ਾ ਸਿਰਫ ਲੈਂਦਾ ਹੀ ਆ ਪੀਂਦਾ ਵਾ ਨਾ ਕਿ ਵੇਚਦਾ ਹੈਗਾ ਅਤੇ ਪੁਲਿਸ ਕੀ ਕਰ ਰਹੀ ਆ ਵੀ ਪੈਸੇ ਲੈ ਰਹੀ ਹੈਗੀ ਆ ਅਤੇ ਪੈਸੇ ਲੈ ਕੇ ਜਿਹੜੇ ਬੰਦੇ ਕਰ ਰਹੇ ਉਹਨਾਂ ਨੂੰ ਛੱਡ ਰਹੇ ਆ ਅਤੇ ਦੂਜਿਆਂ ਦੇ ਪਾ ਰਹੀ ਆ ਫਿਰ ਰਾਣਾ ਸਾਹਿਬ ਇਹਦੇ ਲਈ ਕੌਣ ਜ਼ਿੰਮੇਵਾਰ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹਾਂ ਤੁਸੀਂ ਦੱਸੋ ਕੌਣ ਜ਼ਿੰਮੇਵਾਰ ਤੁਸੀਂ ਲੋਕਾਂ ਦੇ ਨੁਮਾਇੰਦੇ ਆ ਅਤੇ ਜੇ ਤੁਹਾਡੇ ਹੁੰਦਿਆਂ ਜੇ ਥਾਣੇਦਾਰ ਪੈਸੇ ਲੈ ਰਹੇ ਆ SHO ਪੈਸੇ ਲੈ ਰਹੇ ਆ ਡਰੱਗ ਵਾਲਿਆਂ ਕੋਲੋਂ ਤਾਂ ਫਿਰ ਮੈਂ ਕਹਿੰਦਾ ਤੁਸੀਂ ਨਾਕਾਮ ਹੈਗੇ ਇਸ ਕੰਮ ਦੇ ਵਿੱਚ ਤੁਹਾਡਾ ਪ੍ਰਸ਼ਾਸਨ ਸਾਰਾ ਫੇਲ ਹੈਗਾ ਇਸ ਗੱਲ ਦੇ ਵਿੱਚ ਸੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਹੁਣ ਤੁਸੀਂ ਹਲੇ ਵੀ ਤੁਹਾਡੇ ਕੋਲ 6 ਮਹੀਨੇ ਹੈਗੇ ਟਾਈਮ ਹੈਗਾ ਵਾ ਡਟ ਜਾਓ ਜਿਹੜੇ ਤੁਹਾਡੇ ਹੀ ਬੰਦੇ ਕੰਮ ਕਰ ਰਹੇ ਹੈਗੇ ਆ ਠਾਕਰ ਦਾਸ ਨੂੰ ਸਭ ਤੋਂ ਪਹਿਲਾਂ ਉਹਦਾ ਠੇਕਾ ਬੰਦ ਕਰਵਾ ਲਓ ਜਿਹੜੇ ਉਹਦੇ ਨਾਲ ਦੇ ਮੁੰਡਾ ਜਿਹੜਾ ਹੈਗਾ ਉਹ ਕੰਮ ਕਰ ਰਿਹਾ ਉਹਨੂੰ ਬੰਦ ਕਰਵਾ ਲਓ ਹੋਰ ਜਿਹੜੇ ਹੈਗੇ ਉਹਨਾਂ ਬਾਰੇ ਫਿਰ ਮੈਂ ਸਾਰਿਆਂ ਬਾਰੇ ਅਗਲੀ ਜਿਹੜੀ ਸਾਡੀ ਪ੍ਰੈਸ ਕਾਨਫਰੰਸ ਹੋਊਗੀ ਉਹਦੇ ਡਿਟੇਲ 'ਚ ਸਾਰਾ ਦੱਸ ਦੂੰਗਾ ਕਿੰਨੇ ਕਿੰਨੇ ਪਰਚੇ ਕਿਹੜੇ ਕਿਹੜੇ ਬੰਦੇ 'ਤੇ ਆ ਕਿਹੜੀਆਂ ਕਿਹੜੀਆਂ ਜੇਲ੍ਹਾਂ 'ਚ ਰਹੇ ਕਿਹੜੇ ਕਿਹੜੇ ਥਾਣਿਆਂ 'ਚ ਰਹੇ ਹੈਗੇ ਆ ਅੱਜ ਉਹ ਬੇਲ 'ਤੇ ਆਏ ਹੋਏ ਨੇ ਉਹਨਾਂ ਬਾਰੇ ਫਿਰ ਮੈਂ ਜ਼ਿਕਰ ਕਰਾਂਗਾ ਸੋ ਮੈਂ ਆਸ ਕਰਦਾ ਕਿ ਤੁਸੀਂ ਮੇਰੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ MLA ਸਾਹਿਬ ਇਹ ਜਿਹੜੇ ਹੈਗੇ ਪੁਲਿਸ ਨੂੰ ਹੌਸਲਾ ਦਿਓ ਪੁਲਿਸ ਨੂੰ ਇਹ ਨਾ ਕਹੋ ਦੋ ਥਾਣੇਦਾਰਾਂ ਦੇ ਵਿਚਾਰਾਂ ਦੇ ਕੀ ਹੈ ਤੁਸੀਂ ਇੱਕ ਦੋ ਨਾਂ ਲੈ ਤੇ ਕੁਲਦੀਪ ਸਿੰਘ ਭੁਪਿੰਦਰ ਸਿੰਘ ਜੀ ਉਹਨਾਂ ਨੇ ਪੈਸੇ ਲਏ ਜਿਹੜੇ ਬਾਕੀ ਆ ਜੋ ਕੁਛ ਹੋ ਰਿਹਾ ਉਹਦੇ ਬਾਰੇ ਨਹੀਂ ਪਤਾ ਆਪਾਂ ਨੂੰ ਲੱਗਦਾ
ਕਿ ਕਰਨਾ ਤਾਂ ਕਿਸੇ ਵੱਡੇ ਅਫਸਰ ਤੇ ਕੰਮ ਕਰੋ, ਉਹਨਾਂ ਨੂੰ ਹਟਾਓ। ਹਾਂਜੀ, ਐਸਐਸਪੀ ਨੂੰ ਆਪਣੀ ਪਾਵਰ ਦਿਖਾਣੀ ਚਾਹੀਦੀ ਹੈ। ਬਿਲਕੁਲ, ਮੈਂ ਤੇ ਜੀ ਐਸਐਸਪੀ ਸਾਹਿਬ ਨੂੰ ਬੇਨਤੀ ਕਰ ਦਿੱਤੀ ਆ, ਜੇ ਮੈਡਮ ਮੇਰੀ ਵੀ ਤੁਸੀਂ ਇਹ ਵੀ ਸੁਣਦੇ ਹੋ ਆਵਾਜ਼, ਤੇ ਕਿਰਪਾ ਕਰਕੇ ਜਿੰਨੇ ਨਸ਼ਾ ਤਸਕਰ ਆ ਸਾਰੇ ਜਿੰਨੇ ਆ ਹੈ ਵੀ ਇਹਨਾਂ ਦੇ ਹੀ ਆ, ਸਾਰਿਆਂ ਨੂੰ ਚੁੱਕ ਕੇ ਅੰਦਰ ਸਿੱਟ ਦਿਓ, ਤੁਹਾਡੀ ਜੈ ਜੈਕਾਰ ਹੋ ਜੂਗੀ, ਅਸੀਂ ਸਾਰੇ ਤੁਹਾਡੇ ਨਾਲ ਹੋਵਾਂਗੇ। ਆਸ ਕਰਦਾ ਤੁਸੀਂ ਇਹ ਸਾਰਾ ਕੰਮ ਕਰੋਗੇ। ਬਹੁਤ ਬਹੁਤ ਧੰਨਵਾਦ ਜੀ। ਐਮਐਲਏ ਸਾਹਿਬ, ਇੱਕ ਸੁਖਬੀਰ ਸਿੰਘ ਬਾਦਲ ਦੀ ਸਟੇਟਮੈਂਟ ਸਾਹਮਣੇ ਆਈ ਹੈ ਕਿ ਹਲਕਿਆਂ ਦੇ ਅੰਦਰ ਜਿਹੜੇ ਵਿਧਾਇਕ ਨੇ ਉਹ ਪੁਲਿਸ ਪ੍ਰਸ਼ਾਸਨ ਨੂੰ ਚਲਾਉਂਦੇ ਨੇ, ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਜਾਂ ਕੋਈ ਨਵਾਂ ਬੰਦਾ ਇਹੋ ਜਿਹਾ ਬਿਆਨ ਦੇਵੇ ਨਾ ਤਾਂ ਫਿਰ ਮੈਂ ਮੰਨ ਸਕਦਾ। ਇਹ ਸੁਖਬੀਰ ਸਿੰਘ ਬਾਦਲ ਜੀ ਤੁਸੀਂ 10 ਸਾਲ ਹੋਮ ਮਿਨਿਸਟਰ ਰਹੇ ਪੰਜਾਬ ਦੇ, ਔਰ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਜੋ ਹਾਲਾਤ ਉਦੋਂ ਸੀ ਤੁਸੀਂ ਪੰਜਾਬ ਪੁਲਿਸ ਦੇ ਕਰਤੇ, ਉਦੋਂ ਮੈਨੂੰ ਯਾਦ ਆ ਤੁਸੀਂ ਇੱਕ ਰੈਲੀ 'ਚ ਕਿਹਾ ਸੀਗਾ ਵੀ ਪੁਲਿਸ ਇਹੋ ਜਿਹੀ ਕਰ ਦੂੰਗਾ ਵੀ ਮੂੰਹ ਚੁੰਗਲਾਂ ਪਾਉਂਗੇ ਨਾ ਅਤੇ ਤੁਹਾਡੇ ਦੰਦੀ ਨਹੀਂ ਵੱਢੂਗੀ ਪੁਲਿਸ। ਜਦੋਂ ਪੁਲਿਸ ਤੁਸੀਂ ਡਾਊਨ ਕਰੋਗੇ ਕ੍ਰਿਮੀਨਲ ਆਪਣੇ ਆਪ ਅੱਪ ਹੋਣਗੇ। ਉਹ ਤੁਹਾਨੂੰ ਮੈਂ ਯਾਦ ਕਰਾਉਣਾ ਚਾਹੁੰਦਾ, ਇਹ ਬਿਲਡਿੰਗ ਸੀ ਤੁਹਾਡੀ। ਆ ਹੁਣ ਰੈਲੀਆਂ ਦੇ ਵਿੱਚ ਤੁਸੀਂ ਦੇਖੋ ਕਹਿੰਦੇ ਜੀ ਮੋਟਰਸਾਈਕਲਾਂ 'ਤੇ RC ਚੈੱਕ ਕਰਦੀ ਪੁਲਿਸ, ਜਾਂ ਕੋਈ ਇਹੋ ਜਿਹਾ ਜੇ ਨਾ ਪੁਲਿਸ ਚੈੱਕ ਕਰੂਗੀ ਕ੍ਰਾਈਮ ਵੱਧਦਾ, ਕਿੰਨਾ ਕਤਲੇਗਾਰਤ ਵੱਧਦੀ ਆ, ਇਹ ਤੁਸੀਂ ਲੋਕਾਂ ਨੂੰ ਬੜਾਵਾ ਦਿੰਦੇ ਆ ਵੀ ਕੋਈ ਮੋਟਰਸਾਈਕਲਾਂ ਦੀ ਕਾਪੀ ਦੀ ਲੋੜ ਨਹੀਂ, 3-3 ਜਣੇ ਬਹੁ, ਜੋ ਮਰਜ਼ੀ ਕਰੋ, ਗੁੰਡਾਗਰਦੀ ਕਰੋ, ਪੁਲਿਸ ਜਿਹੜਾ ਉਹ ਤੁਹਾਡੇ ਮੂੰਹ ਵੱਲ ਨਹੀਂ ਵੇਖ ਸਕਦੀ। ਅਤੇ ਇਹ ਫਿਰ ਇਹਦਾ ਮਤਲਬ ਤੁਸੀਂ ਪੁਲਿਸ ਦਾ ਜੋ 10 ਸਾਲ ਦੇ ਵਿੱਚ ਹਾਲਾਤ ਕੀਤੇ, ਵਾਕਈ ਮੂੰਹ ਚੁੰਗਲਾਂ ਪਾਉਂਦੇ ਸੀ ਅਤੇ ਦੰਦੀ ਨਹੀਂ ਵੱਢਦੇ। ਹੁਣ ਪੁਲਿਸ ਜਿਹੜੀ ਆ ਉਹ ਵਰਕਿੰਗ ਸਹੀ ਕਰ ਰਹੀ ਆ, ਔਰ ਦੇਖੋ ਜਿੰਨੀ ਰਿਕਵਰੀ, ਜਿੰਨਾ ਜਿਹੜਾ ਅਸਲਾ ਨਸ਼ਾ, ਜਿੰਨਾ ਪੁਲਿਸ ਨੇ ਇਸ 'ਤੇ ਕੰਮ ਕੀਤਾ ਪਿਛਲੇ 4-4.5 ਸਾਲ 'ਚ, ਕਿਉਂ ਪੁਲਿਸ ਨੂੰ ਫਰੀ ਹੈਂਡ ਸੀ ਤੁਹਾਡੇ ਟਾਈਮ ਦੇ ਵਿੱਚ, ਤਾਂ ਕਿਸੇ ਦੀ ਜ਼ਰੂਰਤ ਨਹੀਂ ਸੀ DGP ਦੀ ਜਾਂ IG ਤਾਂ ਬਹੁਤ, ਮੈਂ ਕਹਿੰਦਾ ਗਲਤ, ਤੁਸੀਂ ਤਾਂ ਕੋਈ ਸਾਹ ਨਹੀਂ ਸੀ ਲੈ ਸਕਦਾ ਜਿੰਨੇ ਚਿਰ ਸੁਖਬੀਰ ਸਿੰਘ ਬਾਦਲ ਜਿਹੜਾ ਅਕਾਲੀ ਦਲ ਵਾਲੇ ਕੋਈ ਥੱਲੇ ਵਾਲੇ ਵਰਕਰ ਜਾਂ ਨਾ ਕਹਿਣ। ਇੱਕ ਮੈਨੂੰ ਯਾਦ ਆ ਜਦੋਂ ਅੰਮ੍ਰਿਤਸਰ ਦੇ ਵਿੱਚ ਇੱਕ ਪੁਲਿਸ ਵਾਲਾ ASI ਆਪਣੀ ਲੜਕੀ ਨੂੰ ਬਚਾਉਣ ਲਈ ਵਰਦੀ ਵਿੱਚ ਉਹਨੂੰ ਵਿਚਾਰੇ ਨੂੰ ਇਹ ਹਾਲਾਤ ਕੀਤੀ ਸੀ, ਤੁਹਾਡੇ ਜਿਹੜੇ ਇੱਕ ਯੂਥ ਅਕਾਲੀ ਦਲ ਦੇ ਜਿਹੜੇ ਵਰਕਰ ਸੀ ਉਹਨਾਂ ਨੇ ਛਾਤੀ 'ਤੇ ਪੈਰ ਰੱਖ ਕੇ ਗੋਲੀ ਮਾਰ ਕੇ ਮਾਰਤਾ ਸੀ, ਔਰ ਅਕਾਲੀ ਦਲ ਜਿੰਦਾਬਾਦ ਦੇ ਨਾਅਰੇ ਲਾਏ ਸੀ, ਔਰ ਤੁਸੀਂ ਉੱਤੇ ਵੀ ਚੁੱਪਧਾਰੀ ਰੱਖੀ ਸੀ, ਕੋਈ ਗੱਲ ਨਹੀਂ ਸੀ ਕੀਤੀ। ਇਹ ਰੈਲੀਆਂ ਦੇ ਵਿੱਚ ਦੂਜਿਆਂ ਲੋਕਾਂ ਨੂੰ ਉਤਸ਼ਾਹ ਕਰਨਾ, ਜਿਹੜੇ ਮਾੜੇ ਅਨਸਰਾਂ ਨੂੰ ਉਤਸ਼ਾਹਿਤ ਕਰਨਾ, ਇਹਦਾ ਮਤਲਬ ਜਿਹੜੇ ਚੰਗੇ ਸਿਟੀ ਜਾਣਾ ਜਿਹੜੇ ਕਾਨੂੰਨ ਨੂੰ ਫੋਲੋ ਕਰਦੇ ਆ, ਉਹ ਫਿਰ ਤੁਹਾਡੀ ਇਸ ਗੱਲ ਦਾ ਕੀ ਮਤਲਬ ਸਮਝਣ। ਇਹ ਇਹਨਾਂ ਨੂੰ ਆਪਣੇ ਹੁਸ਼ਵਾਚ ਰਹਿ ਕੇ ਬਿਆਨ ਦੇਣੇ ਚਾਹੀਦੇ ਆ। ਜਿੰਨਾ ਪੁਲਿਸ ਦੀ ਵਰਕਿੰਗ ਹੁਣ ਸਹੀ ਚੱਲ ਰਹੀ ਆ, ਇਸ ਕੈਪਟਨ ਅਮਰਿੰਦਰ ਸਿੰਘ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਅਗਵਾਈ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਚੱਲ ਰਹੀ ਆ, ਇੰਨਾ ਜਿਹੜਾ ਵਧੀਆ ਤਰੀਕੇ ਨਾਲ ਲੋਕਾਂ ਨੂੰ, ਜਿਹੜੇ ਲੋਕ ਅਮਨ ਕਾਨੂੰਨ ਦੀ ਸਥਿਤੀ ਚੈਨ ਨਾਲ ਰਹਿਣਾ ਚਾਹੁੰਦੇ, ਉਹਨਾਂ ਨੂੰ ਬਿਲਕੁਲ ਇਸ ਗੱਲ ਦਾ ਪੀਸਫੁਲੀ ਰਹਿ ਰਿਹਾ ਪੰਜਾਬ ਦੇ ਵਿੱਚ। ਕੁਝ ਵਿਧਾਇਕ ਨੇ ਜਿਹੜੇ ਕੈਪਟਨ ਸਾਹਿਬ ਦੇ ਖਿਲਾਫ ਸਟੇਟਮੈਂਟਾਂ ਦੇ ਰਹੇ ਹਨ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਮੈਂ ਨਾ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ, ਜਿਹੜੇ ਸਾਡੇ ਵਿਧਾਇਕ ਜਿਨ੍ਹਾਂ ਨੂੰ ਇੱਕੋ ਗੱਲ ਫੜੀ ਆ ਜੀ, ਬਹੁਤ ਮਾੜਾ ਅਸ਼ਰ ਹੋਊਗਾ, ਪਹਿਲਾਂ ਤਾਂ 4.5 ਸਾਲ ਸੁੱਤੇ ਰਹੇ ਹਾਂ, ਹੁਣ ਮਾੜਾ ਅਸ਼ਰ ਹੋਊਗਾ ਇਹੋ ਜਿਹੀਆਂ ਗੱਲਾਂ ਕਰਕੇ, ਤੁਸੀਂ ਪਾਰਟੀ ਅਤੇ ਆਪਣੇ ਸਾਥੀਆਂ ਦੇ ਪੈਰਾਂ 'ਤੇ ਘੁਹਾੜਾ ਮਾਰਨਾ ਚਾਹੁੰਦੇ ਆ? ਤੁਸੀਂ ਆਪਣੇ ਪਿੰਡਾਂ ਦੇ ਵਿੱਚ ਜਾਓ, ਕੰਮ ਕਰੋ ਲੋਕਾਂ ਦੇ, ਹਲਕਿਆਂ ਦੇ ਵਿੱਚ ਡਿਵੈਲਪਮੈਂਟ ਕਰੋ, ਇੰਨਾ ਪੈਸਾ ਆ, ਔਰ ਕਿਸੇ ਦਾ ਕੋਈ ਜਿਹੜਾ ਕਰਾਂਗੇ ਤਾਂ ਲੋਕਾਂ ਨੇ ਵੋਟਾਂ ਪਾਉਣੀਆਂ, ਨਾ ਕਿ ਅਖਬਾਰਾਂ TV 'ਤੇ ਬਿਆਨ ਦੇ ਦਈਏ ਜੀ ਕੈਪਟਨ ਅਮਰਿੰਦਰ ਸਿੰਘ ਬੜਾ ਮਾੜਾ ਜੀ, ਸਰਕਾਰ ਬਹੁਤ ਮਾੜੀ ਆ, ਕਿਉਂ ਪਹਿਲਾਂ ਤਾਂ ਉਹ ਚੰਗੇ ਸੀ ਸਾਰੇ, ਵਧੀਆ ਤਰੀਕੇ ਨਾਲ ਕੰਮ ਕਰ ਰਿਹਾ। ਇਹ ਵਿਰੋਧੀਆਂ ਦੇ ਹੱਥਾਂ ਦੇ ਵਿੱਚ ਨਾ ਖੇਡੋ, ਮੈਂ ਆਪਣੇ ਸਾਥੀਆਂ ਨੂੰ ਕਹਿਣਾ ਚਾਹੁੰਦਾ, ਇਹ ਗੱਲਾਂ ਕਰਕੇ ਵਿਰੋਧੀਆਂ ਦੇ ਹੱਥਾਂ 'ਚ ਨਾ ਖੇਡੋ ਅਤੇ ਆਪਣੇ ਸਾਥੀਆਂ ਦੇ ਭਵਿੱਖ 'ਤੇ ਜਿਹੜਾ ਸਵਾਲੀਆ ਨਿਸ਼ਾਨ ਨਾ ਲਾਓ। ਇਹ ਜਿਹੜੀਆਂ ਗੱਲਾਂ ਕਰਨੀਆਂ ਇਹੋ ਜਿਹੀਆਂ ਕਰਾਉਣੀਆਂ, ਫਿਰ ਆਪਾਂ ਕਿੱਥੇ ਸੀ? ਪਹਿਲਾਂ ਅਸਤੀਫਾ ਦੇ ਦਿੰਦੇ ਆਪਾਂ, ਜਦੋਂ ਨਹੀਂ ਸੀ ਆਪਣਾ ਕੋਈ ਬਣਦਾ ਉਦੋਂ ਅਸਤੀਫਾ ਦੇ ਦਿੰਦੇ। ਇਹ ਚੀਜ਼ਾਂ ਜਿਹੜੀਆਂ ਬੜੀਆਂ ਮਾੜੀਆਂ ਪਾਰਟੀ ਲਈ, ਮੇਰੀ ਬੇਨਤੀ ਹੈ ਸਾਰਿਆਂ ਨੂੰ, ਸਾਡੇ ਸਾਥੀ ਹੈ ਸੀਨੀਅਰ ਆ, ਵੀ ਇਹੋ ਜਿਹੀਆਂ ਗੱਲਾਂ ਨਾ ਕਰੋ, ਆਪਣੇ ਪਾਰਟੀ ਦਾ, ਆਪਣੇ ਸਰਕਾਰ ਦਾ ਨੁਕਸਾਨ ਜਿਹੜਾ ਨਾ ਕਰੋ। ਔਰ ਪੰਜਾਬ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਕੋਵਿਡ ਨਾਲ ਲੜਾਈ ਲੜੀ ਜਾ ਰਹੀ ਆ, ਡਿਵੈਲਪਮੈਂਟ ਹੋ ਰਹੀ ਆ, ਹਰ ਤਰੀਕੇ ਨਾਲ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਚੱਲ ਰਿਹਾ ਵਧੀਆ। ਤੋ ਇਸ ਕਰਕੇ ਇਹ ਡਾਊਨ ਕਰਨਾ, ਇਹ ਬਿਆਨ ਦੇਣੇ, ਇਹ ਲੋਕ ਸਭ ਸਮਝਦੇ ਇਹੋ ਜਿਹੀ ਗੱਲ, ਇਹਨੂੰ ਮੈਂ ਫਿਰ ਦੁਬਾਰਾ ਕਹਿੰਦਾ ਵੀ ਵਿਰੋਧੀਆਂ ਦੇ ਹੱਥਾਂ ਦੇ ਵਿੱਚ ਖੇਡ ਕੇ ਨਾ ਇਹੋ ਜਿਹਾ ਕਰੋ। ਬਾਕੀ ਜਿਹੜੇ ਹਾਲਾਤ ਅਕਾਲੀ ਦਲ ਦੇ ਆ ਉਹ ਤਾਂ ਅੱਗੇ ਤੋਂ ਵੀ ਮਾੜੇ ਇਹਨਾਂ ਦੇ ਹੋ ਗਏ ਆ, ਜਾਂ ਦੂਸਰੇ ਆਮ ਆਦਮੀ ਵਾਲੇ ਉਹਨਾਂ ਦਾ ਤਾਂ ਜਲੂਸ ਨਿਕਲੀ ਗਿਆ ਇਹਦੇ ਵਿੱਚ, ਜਿਹੜਾ ਕਰੋਨਾ ਦੇ ਵਿੱਚ ਮੁਹੱਲਾ ਕਲੀਨਿਕਾਂ ਕਹਿੰਦੇ ਬਣਾਈਆਂ ਸੀ, ਅਸੀਂ ਬਹੁਤ ਵਧੀਆ ਕੰਮ ਕੀਤਾ ਸੀ, 800 ਕਰੋੜ ਮਸ਼ਹੂਰੀ 'ਤੇ ਲਾਤਾ ਆਪਣੀ 'ਤੇ, ਪਰ ਜਿਹੜਾ ਲੋਕ ਅੱਜ ਦਿੱਲੀ ਦੇ ਵਿੱਚ ਸੜਕਾਂ ਦੇ ਕੰਢੇ 'ਤੇ ਸੰਸਕਾਰ ਕਰ ਰਹੇ ਆ, ਔਰ ਲੋਕਾਂ ਨੂੰ ਬੈੱਡ, ਆਕਸੀਜਨ ਕੋਈ ਚੀਜ਼ ਨਹੀਂ ਮਿਲ ਰਹੀ, ਫੇਲੀਅਰ ਬਿਲਕੁਲ ਸਾਬਤ ਹੋਇਆ ਕੇਜਰੀਵਾਲ ਸਰਕਾਰ। ਕਪੂਰਥਲਾ ਤੋਂ ਵਿਧਾਇਕ ਨੇ ਵੀ ਜਿਹੜੇ ਉਹਨਾਂ ਨੇ ਵੀ ਇੱਕ ਸਟੇਟਮੈਂਟ ਦਿੱਤੀ ਹੈ ਕਿ ਉਹ ਆਪਣੇ ਆਪ ਨੂੰ ਮਤਲਬ ਸ਼ਰਮਿੰਦਾ ਮਹਿਸੂਸ ਕਰਦੇ ਨੇ ਕਿ ਉਹਨਾਂ ਦੇ ਹਲਕੇ 'ਚ ਨਸ਼ਾ ਵਿਕ ਰਿਹਾ ਅਤੇ ਪੁਲਿਸ ਕੁਛ ਨਹੀਂ ਕਰ ਰਹੀ। ਦੇਖੋ ਇਹ ਤਾਂ ਜਿਹੜਾ ਹਲਕੇ ਦੇ ਵਿੱਚ ਹਲਕੇ ਦਾ ਜਿਹੜਾ ਵਿਧਾਇਕ, ਉਹਨੂੰ ਹਲਕੇ ਬਾਰੇ ਪਤਾ ਹੁੰਦਾ, ਜੇ ਉਹਨਾਂ ਨੇ
स्टेटमेंट दी है ये बारे मैं नहीं पता। बाकी पुलिस जी साड़ी वो मैं अगे दस्या ना बड़ी वधिया तरीके काम कर रही है। SSP भी साढ़े देखो लड़की जी कमरप्रीत कौर IPS आ नवी और बड़े वधिया तरीके काम कर रहे और कोई जे कोई कंप्लेंट आ तो वो अपन दस देनी चाहिए है। और बाकी उन्होंने हल्के बारे मैं इन्ना मैं कह नहीं सकता भी की उत्थे चलता अपना तो अपने हल्के बारे जवाब दे सकते हैं। ये तो उन्होंने देखना पैना सोचना चाहिए। बोले सोनिहार।